ਆਪਣੇ ਮਾਲਿਕ ਦੀਆਂ ਰਹਿਮਤਾਂ ਦੇ ਤਜ਼ਕਰੇ ਕਰ ਰਿਹਾ ਵਾਂ, ਕਿਵੇਂ ਕਿਵੇਂ ਉਹਨੇ ਰਹਿਮਤ ਦੇ ਬਹਾਨੇ ਬਣਾਏ, ਕਿਵੇਂ ਕਿਵੇਂ ਸਾਡੇ ਵਾਸਤੇ ਉਹਨੇ ਆਸਾਨੀਆਂ ਪੈਦਾ ਕਰ ਛੱਡੀਆਂ ਨੇ। ਕੁਰਾਨ ਕਰੀਮ ਦੇ ਇੱਕ ਹਰਫ ਦੇ ਅੰਦਰ 10 ਨੇਕੀਆਂ ਰੱਖ ਦਿੱਤੀਆਂ ਗਈਆਂ ਨੇ। ਮਾਂ ਬਾਪ ਦਾ ਚਿਹਰਾ ਵੇਖਣ ਤੇ ਮਕਬੂਲ ਹੱਜ ਦਾ ਸਵਾਬ ਰੱਖ ਦਿੱਤਾ ਗਿਆ ਹੈ। ਮੁਰਸ਼ਦੇ ਕਾਮਿਲ ਦੀ ਬਾਰਗਾਹ ਦੇ ਅੰਦਰ ਬੈਠਣ ਨੂੰ ਮਕਬੂਲ ਹੱਜ ਦਾ ਦਰਜਾ ਦੇ ਦਿੱਤਾ ਗਿਆ ਹੈ। ਉਹ ਯਾਰਾ ਉਲਮਾ ਦਾ ਦੀਦਾਰ ਕਰਨ ਤੇ ਮਕਬੂਲ ਹੱਜ ਦਾ ਦਰਜਾ ਦੇ ਦਿੱਤਾ ਗਿਆ ਹੈ। ਰਸਤੇ ਵਿੱਚੋਂ ਤਕਲੀਫ ਵਾਲੀ ਚੀਜ਼ ਹਟਾਉਣ ਤੇ ਸਵਾਬ ਰੱਖ ਦਿੱਤਾ ਗਿਆ ਹੈ। ਮੁਸਕੁਰਾ ਕੇ ਵੇਖਣ ਅੰਦਰ ਵੀ ਅਜਰ ਰੱਖ ਦਿੱਤਾ ਗਿਆ ਹੈ। ਸਾਡੇ ਵਾਸਤੇ ਅੱਲਾ ਦੀਆਂ ਰਹਿਮਤਾਂ ਸਮੇਟਣ ਦੇ ਕਈ ਬਹਾਨੇ ਨੇ। ਸਦਕੇ ਜਾਵਾਂ, ਕਿਵੇਂ ਕਿਵੇਂ ਉਹਦੀਆਂ ਰਹਿਮਤਾਂ ਵਸਦੀਆਂ ਨੇ। ਕੈਸਰੇ ਰੋਮ, ਰੋਮ ਦਾ ਬਾਦਸ਼ਾਹ, ਉਹਨੇ ਉਮਰ ਇਬਨੇ ਖਤਾਬ ਦੀ ਬਾਰਗਾਹ ਦੇ ਅੰਦਰ ਪੈਗਾਮ ਭੇਜਿਆ। ਕਹਿਣ ਲੱਗਾ, ਜਨਾਬ ਮੇਰੇ ਸਰ ਦੀ ਦਰਦ ਨਹੀਂ ਜਾ ਰਹੀ, ਮੇਰੇ ਸ਼ਾਹੀ ਤਬੀਬ ਆਜਜ਼ ਆ ਗਏ, ਇਹ ਮੈਨੂੰ ਦਰਦ ਮਾਰ ਦੇਵੇਗੀ। ਮੈਂ ਦਿਨੇ ਵੀ ਤੜਪਣਾ ਵਾਂ ਤੇ ਰਾਤ ਵੀ ਤੜਪਣਾ ਵਾਂ, ਮੇਰੀ ਦਰਦ ਦਾ ਇਲਾਜ ਕਰ ਦਿੱਤਾ ਜਾਏ, ਕੋ ਤਬੀਬ ਭੇਜੋ, ਮੇਰੇ ਸਰ ਦੀ ਦਰਦ ਨੂੰ ਆਰਾਮ ਆਵੇ। ਉਮਰ ਪਾਕ ਕੋਲ ਜਦੋਂ ਪੈਗਾਮ ਆਇਆ, ਆਪਨੇ ਕੋ ਟੋਪੀ ਉਹਦੇ ਵੱਲ ਰਵਾਨਾ ਫਰਮਾਈ, ਫਰਮਾਇਆ ਨੂੰ ਕਹਿ ਦੇਵੋ ਸਿਰ ਤੇ ਰੱਖ ਲਵੇ। ਉਮਰ ਪਾਕ ਨੇ ਟੋਪੀ ਭੇਜੀ, ਕੈਸਰੇ ਰੋਮ ਨੇ ਆਪਣੇ ਸਰ ਤੇ ਟੋਪੀ ਰੱਖ ਲਈ ਹੈ। ਜਿੰਨੀ ਦੇਰ ਤੱਕ ਟੋਪੀ ਸਰ ਤੇ ਰਹਿੰਦੀ ਹੈ, ਅਫਾਕਾ ਰਹਿੰਦਾ, ਆਰਾਮ ਰਹਿੰਦਾ ਹੈ। ਜਦੋਂ ਟੋਪੀ ਉਤਾਰ ਦਿੰਦਾ, ਨਿੱਕੀ ਨਿੱਕੀ ਦਰਦ ਸ਼ੁਰੂ ਹੋ ਜਾਂਦੀ ਹੈ। ਬਾਦਸ਼ਾਹ ਬੜਾ ਹੈਰਾਨ ਹੈ, ਕਹਿੰਦਾ ਟੋਪੀ ਅੰਦਰ ਕਮਾਲ ਕੈਸਾ ਹੈ, ਮੈਂ ਰੱਖਣਾ ਵਾਂ ਤੇ ਦਰਦ ਠੀਕ ਹੈ, ਉਤਾਰ ਦੇਣਾ ਵਾਂ ਤੇ ਸ਼ੁਰੂ ਹੋ ਜਾਂਦੀ ਹੈ। ਉਹਦਾ ਤਜੱਸੁਸ ਬੜਦਾ ਜਾ ਰਿਹਾ, ਮੈਂ ਵੇਖਾਂ ਇਹਦੇ ਅੰਦਰ ਕੀ ਰੱਖਿਆ ਹੋਇਆ ਹੈ। ਜ਼ਾਹਰ ਤੇ ਕੋਈ ਚੀਜ਼ ਵੀ ਨਜ਼ਰ ਨਹੀਂ ਆ ਰਹੀ। ਉਲਾਮਾ ਫਰਮਾਦ ਨੇ ਉਹਨੇ ਟੋਪੀ ਦੇ ਟਾਂਕੇ ਉਥੇੜੇ, ਅੰਦਰੋਂ ਇੱਕ ਕਾਗਜ਼ ਦਾ ਟੁਕੜਾ ਨਿਕਲਿਆ। ਉਹਨੇ ਜਦੋਂ ਖੋਲਿਆ, ਉੱਪਰ ਲਿਖਿਆ ਹੋਇਆ ਹੈ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਲਿਖਿਆ ਹੋਇਆ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਸ ਕੀਮਤੀ ਚੀਜ਼ ਨੂੰ ਸਾਡੇ ਵਾਸਤੇ ਬਾਇਸੇ ਸ਼ਫਾ ਕਰਾਰ ਦੇ ਦਿੱਤਾ ਹੈ ਅੱਲਾਹ ਦੀ ਰਹਿਮਤ ਨੇ। ਹੋਰ ਬਈ ਥੋੜਾ ਗੌਰ ਤੇ ਕਰੀਏ ਨਾ, ਇਹ ਸਾਡੀ ਮਹਿਰੂਮੀ ਕਿ ਅਸੀਂ ਨਹੀਂ ਕੁਝ ਕਰਦੇ, ਸਾਡੀ ਆਪਣੀ ਮਹਿਰੂਮੀ ਕਿ ਅਸੀਂ ਕੁਝ ਨਹੀਂ ਹਾਸਲ ਕਰਦੇ। ਬਸ ਥੋੜੀ ਜਿੰਨੀ ਫਰਿਸ਼ਤੋਂ ਸੇ ਬਿਹਤਰ ਹੈ ਇਨਸਾਨ ਬਨਨਾ, ਮਗਰ ਇਸ ਮੇਂ ਲਗਤੀ ਹੈ ਮਿਹਨਤ ਜ਼ਿਆਦਾ।